ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬੇਰੋਜ਼ਗਾਰੀ ਅਤੇ ਜੇਬ ਖਾਲੀ, ਚੜ੍ਹਦੀ ਉਮਰੇ ਪੈ ਗਿਆ ਚੋਰੀ ਕਰਨ ਦਾ ਚਸਕਾ, ਚੋਰੀ ਕਰਨ ਵਾਲਾ ਅਤੇ ਚੋਰੀ ਦਾ ਮਾਲ ਖਰੀਦਣ ਵਾਲਾ, ਦੇਖੋ ਕਿੱਦਾਂ ਚੜਿਆ ਇਹ ਗਿਰੋਹ ਪੁਲਿਸ ਦੇ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੋ ਥਾਣਾ ਗਿੱਦੜਬਾਹਾ ਪੁਲਿਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 2 ਸ਼ਾਤਰ ਮੁਲਜ਼ਮਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕ੍ਰਿਸ਼ਨਾ ਯਾਦਵ ਪੁੱਤਰ ਪ੍ਰਕਾਸ਼ ਯਾਦਵ ਵਾਸੀ ਬੈਕਸਾਈਡ DAV ਕਾਲਜ ਗਿੱਦੜਬਾਹਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਕੋਲੋਂ ਮਿਤੀ 29 ਮਈ 2019 ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਕੰਮ ਤੇ ਗਿਆ ਸੀ ਅਤੇ ਉਸ ਦੀ ਪਤਨੀ ਦੁਪਹਿਰ ਸਮੇਂ ਸਕੂਲ ਤੋਂ ਬੱਚਿਆਂ ਨੂੰ ਲੈਣ ਗਈ ਹੋਈ ਸੀ। ਜਦ ਦੁਪਹਿਰ ਕਰੀਬ 2 ਵਜੇ ਉਹ ਵਾਪਸ ਘਰ ਪਰਤੀ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਉਹਨਾਂ ਕਿਹਾ ਕਿ ਮੇਰੀ ਪਤਨੀ ਨੇ ਮੈਨੂੰ ਫੋਨ ਤੇ ਚੋਰੀ ਸੰਬੰਧੀ ਦੱਸਿਆ ਤੇ ਅਤੇ ਘਰ ਆ ਕੇ ਜਦੋਂ ਮੈਂ ਵੇਖਿਆ ਤਾਂ ਘਰ ਵਿੱਚੋਂ 2 ਜੋੜੇ ਚਾਂਦੀ ਦੀਆਂ ਝਾਂਜਰਾਂ, 1 ਸੋਨੇ ਦਾ ਮੰਗਲਸੂਤਰ, 1 LCD ਅਤੇ ਕਰੀਬ 21,700 ਦੀ ਨਗਦੀ ਪਈ ਸੀ ਜੋ ਕਿ ਚੋਰੀ ਹੋ ਗਈ ਸੀ। ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਉਕਤ ਸਮਾਨ ਲਵਦੀਪ ਸਿੰਘ ਉਫ ਮੂੜਾ ਪੁੱਤਰ ਜਸਕਰਨ ਸਿੰਘ ਅਤੇ ਸੰਜੇ ਕੁਮਾਰ ਪੁੱਤਰ ਵਿਨੋਦ ਕੁਮਾਰ ਨਾਮ ਦੇ ਵਿਅਕਤੀ ਨੇ ਚੋਰੀ ਕੀਤਾ ਹੈ। ਗਿੱਦੜਬਾਹਾ ਪੁਲਿਸ ਨੇ ਕ੍ਰਿਸ਼ਨਾ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਸੀ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ। SHO ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਹੋਏ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਅਤੇ ਹੋਰ ਵਾਰਦਾਤਾਂ ਵਿੱਚ ਇਹਨਾਂ ਦੇ ਹੱਥ ਹੋਣ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਬੰਦੇ ਫੜੇ ਗਏ ਕੋਈ ਨਹੀਂ ਸੀ ਤਾਂ ਉਸਦੇ ਘਰੋਂ ਕੁਛ LCD ਸੀ, ਚਾਂਦੀ ਦਾ ਸਮਾਨ, ਕੁਛ ਨਕਦੀ ਅਤੇ ਇੱਕ ਬੰਦਾ ਸੁੱਤ ਚੋਰੀ ਹੋਈ ਸੀ। ਉਸਨੇ ਬਾਈਨੇਮ ਪਰਚਾ ਦਰਜ ਕਰਾਇਆ ਸੀ ਕਿ ਇਹ ਲਵਦੀਪ ਅਤੇ ਸੰਜੇ ਕੁਮਾਰ ਨੇ ਇਹ ਚੋਰੀ ਕੀਤੀ ਹੈ ਜੀ। ਅਸੀਂ ਪਰਚਾ ਦਰਜ ਕਰਕੇ ਦੌਰਾਨੇ ਦਮਦੀਸ਼ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕਿ ਇਹ ਸਮਾਨ ਜਿਨ੍ਹਾਂ ਨੇ ਅੱਗੇ ਇਹ 3rd person ਨੂੰ ਜੁਗਨੂ ਨੂੰ ਵੇਚਿਆ ਸੀ ਉਹਨੂੰ ਵੀ ਅਸੀਂ ਗ੍ਰਿਫਤਾਰ ਕਰਕੇ, ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਸਮਾਨ LCD ਚਾਂਦੀ ਦਾ ਸਮਾਨ ਰਿਕਵਰ ਕਰ ਲਿਆ। ਪ੍ਰਮਾਣ ਵਗੈਰਾ ਕੋਈ ਇਹਦਾ ਮਿਲਿਆ ਜੀ? ਹਾਂਜੀ, ਹੁਣ ਇਹ 3 ਦੋਸ਼ੀ ਪੁਲਿਸ ਰਿਮਾਂਡ 'ਤੇ ਨੇ, ਅਗਲੀ ਪੁੱਛਗਿੱਛ ਜਾ ਰਹੀ ਹੈ। ਕਿਹੜੀ ਕਿਹੜੀ ਧਾਰਾ ਦੇ ਅਧੀਨ ਸਰ ਇਹਦੇ? 380 IPC 411। ਗੁਰਪਿਆਰੇ, ਇਹ ਗੱਲ ਸਿਰਫ ਗਿੱਦੜਬਾਹਾ ਦੀ ਨਹੀਂ, ਬਹੁਤ ਸਾਰੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿੱਥੇ ਚੈਨ ਸਨੈਚਿੰਗ ਕੀਤੀ ਜਾਂਦੀ ਹੈ, ਰਾਹਗੀਰਾਂ ਦੇ ਪਰਸ ਖੋਹ ਲਏ ਜਾਂਦੇ ਨੇ, ਘਰਾਂ ਦੇ ਵਿੱਚ ਡਾਕੇ ਮਾਰੇ ਜਾਂਦੇ ਨੇ, ਅਤੇ ਇਹ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਵੱਧ ਰਹੀ ਬੇਰੁਜ਼ਗਾਰੀ ਅਤੇ ਵੱਧ ਰਿਹਾ ਨਸ਼ੇ ਦਾ ਚਲਨ ਹੀ ਹੈ ਜਿਸ ਦੇ ਕਰਕੇ ਨੌਜਵਾਨੀ ਗੁਰਰਾਹੇ ਪੈ ਰਹੀ ਹੈ। ਇਸ ਲਈ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਨੌਜਵਾਨਾਂ ਵਾਸਤੇ ਰੋਜ਼ਗਾਰ ਉਪਲਬਧ ਕਰਵਾਏ ਜਾਣ ਤਾਂ ਜੋ ਨੌਜਵਾਨਾਂ ਨੂੰ ਗੁਰਾਹੇ ਪੈਣ ਤੋਂ ਬਚਾਇਆ ਜਾ ਸਕੇ ਅਤੇ ਨਸ਼ੇ ਤੇ ਨੱਥ ਪਾਈ ਜਾਵੇ ਤਾਂ ਜੋ ਨਸ਼ੇੜੀ ਵਰਗ ਆਪਣੇ ਨਸ਼ੇ ਦੀ ਲੱਤ ਪੂਰੀ ਕਰਨ ਵਾਸਤੇ ਅਜਿਹੀਆਂ ਘਟੀਆ ਕਰਤੂਤਾਂ ਨੂੰ ਅੰਜਾਮ ਨਾ ਦੇਵੇ। ਗੁਰਬਾਣੀ ਅਖੰਡ ਬਾਣੀ ਵਾਸਤੇ ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।